ਕਿਹਨੂੰ ਮੁੜ ਪਾਣੀ ਫਿਰ ਐਤਕੀ? ਅੰਮ੍ਰਿਤਪਾਲ ਨੂੰ। ਹਾਂਜੀ ਅੰਮ੍ਰਿਤਪਾਲ ਨੂੰ। ਕਾਰਨ? ਕਾਰਨ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ, ਮਾਝੇ ਵਾਲੇ ਆ ਯਾਰ। ਐਤਕੀ ਵੋਟ ਕਿਹਨੂੰ ਪਾਣੀ ਫਿਰ? ਵੇਖੋ ਜਿਹਨੂੰ ਪੈਂਦੀ ਆ। ਹਾਂਜੀ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਨੂੰ। ਕਾਰਨ? ਕਾਰਨ ਕੀ ਵਧੀਆ ਕਰਨ ਦੇ ਆ। ਕਿਹਨੂੰ ਵੋਟ ਪਾਣੀ ਫਿਰ ਐਤਕੀ? ਅੰਮ੍ਰਿਤਪਾਲ ਸਿੰਘ ਨੂੰ ਪਾਣੀ। ਭਾਜੀ ਵੋਟ ਕਿਹਨੂੰ ਪਾਣੀ ਜੀ? ਜਿਹਨੇ ਬਿੱਲ ਮਾਫ਼ ਕੀਤੇ ਆ ਜੀ। ਅੱਛਾ ਜੀ। ਹਾਂਜੀ ਆਮ ਪਾਰਟੀ ਨੂੰ। ਭਾਜੀ ਫਿਰ ਵੋਟ ਕਿਹਨੂੰ ਪਾਣੀ ਆ? ਅੰਮ੍ਰਿਤਪਾਲ ਨੂੰ। ਹਾਂਜੀ ਅੰਮ੍ਰਿਤਪਾਲ ਨੂੰ। ਕਾਰਨ? ਵਧੀਆ ਬੰਦਾ ਵਾ। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ। ਹਾਂਜੀ ਸ਼੍ਰੋਮਣੀ ਅਕਾਲੀ ਦਲ ਨੂੰ। ਭਾਜੀ ਵੋਟ ਕਿਹਨੂੰ ਪਾਣੀ ਫਿਰ? ਅਸੀਂ ਕਿਸੇ ਨੂੰ ਨਹੀਂ ਪਾਣੀ। ਸਰਕਾਰਾਂ ਚੰਗੀਆਂ, ਲੋਕ ਨਹੀਂ ਚੰਗੇ। ਬਿਲਕੁਲ ਇਹ ਉਹਨਾਂ ਨੂੰ ਪੁੱਛਣਗੇ ਨਾ, ਜਿੱਦਣ ਇਹ ਪੁੱਛਣ ਡਹਿ ਪਏ ਸਰਕਾਰਾਂ ਨੇ, ਉਦੋਂ ਹੀ ਕੰਮ ਚੰਗੇ ਕਰਨ ਡਹਿ ਪੈਣਾ। ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਬਾਬਾ ਬਕਾਲਾ ਸਾਹਿਬ 'ਚ ਖੜ੍ਹੇ ਹਾਂ, ਤਾਂ ਬਾਬਾ ਬਕਾਲਾ ਸਾਹਿਬ ਚਾਹੇ ਅੰਮ੍ਰਿਤਸਰ 'ਚ ਪੈਂਦਾ ਹੈ ਲੇਕਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ, ਅਤੇ ਇੱਥੇ ਲੋਕਾਂ ਦੇ ਦਿਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਲੋਕ ਕਿਸ ਨੂੰ ਪਸੰਦ ਕਰਦੇ ਨੇ ਅਤੇ ਲੋਕ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਨੇ। ਤਾਂ ਕੁਝ ਦੁਕਾਨਦਾਰ ਸਾਹਿਬ ਮੌਜੂਦ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਵੋਟ ਕਿਹਨੂੰ ਪਾਉਣੀ ਹੈ ਜੀ? ਵੋਟ ਕਿਹਨੂੰ ਪਾਉਣੀ ਹੈ ਜੀ? ਅੰਮ੍ਰਿਤਪਾਲ ਨੂੰ। ਹਾਂਜੀ ਅੰਮ੍ਰਿਤਪਾਲ ਨੂੰ। ਕਾਰਨ? ਕਾਰਨ ਕਾਰਨ ਤਾਂ ਪਤਾ ਹੀ ਹੈ ਤੁਹਾਨੂੰ, ਅੰਮ੍ਰਿਤਪਾਲ ਨੂੰ ਵੋਟ ਪਾਉਣੀ ਹੈ। ਹਾਂਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸ਼ੁਰੂਆਤ ਜਿਹੜੀ ਹੋਈ ਹੈ, ਤਾਂ ਉਸ ਤੋਂ ਬਾਅਦ ਕੁਛ ਹੋਰ ਵੀ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਵੀਰ ਆਏ ਨੇ ਸਵੇਰੇ ਇੱਥੇ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਕਿਹਨੂੰ ਵੋਟ ਪਾਉਣੀ ਫਿਰ ਐਤਕੀ? ਅੰਮ੍ਰਿਤਪਾਲ ਨੂੰ। ਹਾਂਜੀ ਅੰਮ੍ਰਿਤਪਾਲ ਨੂੰ। ਕਾਰਨ? ਕਾਰਨ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ, ਮਾਝੇ ਵਾਲੇ ਆ ਯਾਰ, ਇੰਨੀ ਕਣਕ ਹੈਗੀ ਆ। ਤਾਂ ਬਿਲਕੁਲ ਭਾਅ ਜੀ ਕਿਹਨੂੰ ਵੋਟ ਪਾਉਣੀ ਹੈ? ਸਾਡੀ ਵੋਟ ਨਹੀਂ ਬਣੀ, ਨਹੀਂ ਬਣੀ ਵੋਟ। ਹਾਂਜੀ ਭਾਅ ਜੀ ਕਿਹਨੂੰ ਵੋਟ ਪਾਉਣੀ ਫਿਰ ਐਤਕੀ? ਅੰਮ੍ਰਿਤਪਾਲ ਸਿੰਘ ਨੂੰ ਪਾਉਣੀ। ਅੰਮ੍ਰਿਤਪਾਲ ਸਿੰਘ ਨੂੰ? ਹਾਂਜੀ। ਅੱਛਾ ਪੱਕਾ? ਪੱਕਾ। ਕਾਰਨ? ਆਪਣੇ ਪੰਥ ਵਾਸਤੇ ਜੋ ਕੁਝ ਗੱਲਬਾਤ ਕਰੇਗਾ ਉਹਨੇ ਕਰਨੀ ਗੱਲ, ਬਾਕੀ ਅਸੀਂ ਵੇਖ ਲਿਆ ਸਾਰਿਆਂ ਨੂੰ, ਨਾ ਜਿਹੜਾ ਰਾਸ਼ਨ ਕਾਰਡ ਬਣਦਾ ਜੇ, ਨਾ ਮਹਿੰਗਾਈ ਘੱਟ ਹੁੰਦੀ ਹੈ, ਅਤੇ ਰਾਸ਼ਨ ਕਾਰਡ ਵੀ ਬਣੂਗਾ, ਸਾਰੇ ਕੰਮ ਮਤਲਬ ਮੰਨਦੇ ਹੋ ਕਿ ਅੰਮ੍ਰਿਤਪਾਲ ਸਾਰੇ ਕੰਮ ਕਰਨਗੇ? ਕਰਨਗੇ ਕਰਨਗੇ। ਬਿਲਕੁਲ ਅੰਮ੍ਰਿਤਪਾਲ ਤੋਂ ਉਮੀਦ ਹੈ, ਅਤੇ ਕੁਛ ਇੱਥੇ ਲੇਡੀਜ਼ ਵੀ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਐਤਕੀ ਵੋਟ ਕਿਹਨੂੰ ਪਾਉਣੀ ਫਿਰ? ਵੇਖੋ ਜਿਹਨੂੰ ਪੈਂਦੀ ਹੈ। ਹਾਂਜੀ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਨੂੰ। ਕਾਰਨ? ਕਾਰਨ ਕੀ ਵਧੀਆ ਕਰਨ ਡੇ ਆ। ਅਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਵੀ ਬੋਲ ਰਹੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਵੋਟ ਕਿਹਨੂੰ ਪਾਉਣੀ ਹੈ ਐਤਕੀ? ਵੋਟ ਅੰਮ੍ਰਿਤਪਾਲ ਨੂੰ ਪਾਉਣੀ ਭਾਅ ਜੀ ਨੂੰ। ਅੱਛਾ ਕਾਰਨ? ਕਾਰਨ ਇਹ ਕਿ ਸਾਰਾ ਕੋਲ ਪਾ ਕੇ ਵੇ ਲਿਆ, ਇੱਦਾਂ ਕੀ ਸਾਡਾ ਸਾਰਾ ਕੁੜੀ ਹਾਂਜੀ, ਉਹ ਤਾਂ ਆਪਣਾ ਪੂਰਾ ਕੌਮ ਦਾ ਸੁਧਾਰ ਕਰਨ ਡਿਆ, ਨਸ਼ੇ ਛਡਾਉਣ ਡਿਆ, ਸਾਰਾ ਕਰਨ ਡਿਆ ਹਾਂਜੀ, ਇਹ ਨਸ਼ੇ ਲਾਉਣ ਡਿਆ, ਇਹ ਤਾਂ ਮਹੀਨਾ ਭਰਦੇ ਆ ਲੋਕਾਂ ਨੂੰ, ਬੱਚਿਆਂ ਨੂੰ ਸਾਰਾ ਮਹੀਨਾ ਭਰਦੇ ਆ, ਥਾਣੇ ਮਹੀਨਾ ਭਰਦੇ ਆ। ਸਮਝੋ ਕਿ ਨਸ਼ਾ ਖਤਮ ਹੋਏਗਾ? ਨਸ਼ਾ ਖਤਮ ਹੋਏਗਾ ਪੱਕਾ ਹੋਏਗਾ ਜੀ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸਭ ਤੋਂ ਵੱਡੀ ਪੰਜਾਬ ਦੀ ਜਿਹੜੀ ਚੀਜ਼ ਹੈ ਨਾ, ਉਹ ਗੱਲ ਸਾਹਮਣੇ ਆਈ ਹੈ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਵੋਟ ਕਿਹਨੂੰ ਪਾਉਣੀ ਫਿਰ? ਹਾਂਜੀ ਵੋਟ ਕਿਹਨੂੰ ਪਾਉਣੀ ਹੈ? ਜੇ ਤਾਂ ਆਖੋਗੇ ਉੱਧਰ ਪਾ ਲਾਂਗੇ। ਨਹੀਂ ਫਿਰ ਵੀ ਪਸੰਦ ਕਿਹੜਾ? ਜਿਹਨੇ ਬਿੱਲ ਮਾਫ਼ ਕੀਤੇ। ਹਾਂਜੀ ਭਾਅ ਜੀ ਫਿਰ ਵੋਟ ਕਿਹਨੂੰ ਪਾਉਣੀ? ਬਿਲਕੁਲ ਗੱਲ ਸਹੀ ਆ ਵੀ ਜਿਹਨਾਂ ਬਿੱਲ ਮਾਫ਼ ਕੀਤੇ, ਕਣਕ ਦਿੰਦੇ ਟਾਈਮ ਨਾਲ ਠੀਕ ਆ, ਵਧੀਆ ਭਗਵੰਤ ਮਾਨ ਨਾਲ ਦਾ ਬੰਦਾ ਕੋਈ ਨਹੀਂ ਆਇਆ ਹਿੰਦੁਸਤਾਨ ਦੇ ਵਿੱਚ, ਕੋਈ ਵਰਲਡ ਬੰਦਾ। ਤਾਂ ਬਿਲਕੁਲ ਤੁਸੀਂ ਵੇਖ ਲਓ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਵੋਟ ਕਿਹਨੂੰ ਪਾਉਣੀ ਜੀ? ਜਿਹਨੇ ਬਿੱਲ ਮਾਫ਼ ਕੀਤੇ ਜੀ। ਅੱਛਾ ਜੀ। ਹਾਂਜੀ ਆਮ ਪਾਰਟੀ ਨੂੰ। ਕਾਰਨ? ਕਾਰਨ ਕੀ ਸਹੀ ਹੈ, ਸਾਰੇ ਕੰਮ ਠੀਕ, ਨੌਕਰੀਆਂ ਦੇਣ ਡੇ ਆ, ਕਰਪਸ਼ਨ 'ਤੇ ਕੰਟਰੋਲ ਕੀਤਾ ਵਾ, ਬਿੱਲ ਮਾਫ਼ ਕੀਤੇ ਗਰੀਬਾਂ ਦੇ, ਸਾਰੇ ਕੰਮ ਸਹੀ ਕਰ ਰਹੇ ਥੋੜ੍ਹੇ ਟਾਈਮ 'ਚ। ਆਮ ਆਦਮੀ ਪਾਰਟੀ ਦੇ ਕੋਈ ਅਹੁਦੇਦਾਰ ਹੋ ਤੁਸੀਂ? ਬਿਲਕੁਲ ਨਹੀਂ ਜੀ। ਅੱਛਾ ਆਮ ਬੰਦੇ? ਹਾਂਜੀ ਆਮ ਬੰਦੇ। ਤਾਂ ਬਿਲਕੁਲ ਤੁਸੀਂ ਵੇਖੋ ਇੱਥੇ ਆਮ ਬੰਦੇ ਗੱਲ ਕਰ ਰਹੇ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਫਿਰ ਵੋਟ ਕਿਹਨੂੰ ਪਾਉਣੀ ਹੈ ਐਤਕੀ? ਸੋਚਾ ਗਏ ਜੀ। ਨਹੀਂ ਪਰ ਫਿਰ ਵੀ ਵੋਟ ਕਿਹਨਾਂ ਪਸੰਦ ਕਿਹੜਾ? ਹਾਂਜੀ ਪਸੰਦ ਕਿਹੜਾ ਲੀਡਰ ਹੈ ਜੀ, ਕਿਹੜੀ ਪਾਰਟੀ ਪਸੰਦ ਆ ਤੁਹਾਨੂੰ? ਮਿਹਨਤਕਸ਼ ਲੋਕ ਹੋ, ਕਿਉਂਕਿ ਮਿਹਨਤਕਸ਼ ਦੀ ਵੋਟ ਜਿਹੜੀ ਨਾ ਸਭ ਤੋਂ ਇੰਪੋਰਟੈਂਟ ਹੁੰਦੀ ਕਿ ਜਿਹੜਾ ਸਭ ਤੋਂ ਜ਼ਿਆਦਾ ਮਿਹਨਤ ਕਰਦਾ।
ਆਪਣੀ ਮਿਹਨਤ ਕਰਦੇ ਸਾਨੂੰ ਕੋਈ ਕਿਸਦਾ ਨਹੀਂ ਹੈਗਾ। ਫਿਰ ਵੀ ਵੋਟ ਪਾਣੀ ਹੈ ਨਾ, ਵੋਟ ਤੇ ਪਾਵਾਂਗੇ ਔਰ ਸੋਚ ਸਮਝ ਕੇ ਕਹਿੰਦੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਵੋਟ ਪਾਵਾਂਗੇ ਸੋਚ ਸਮਝ ਕੇ ਪਾਵਾਂਗੇ। ਇਸ ਤਰ੍ਹਾਂ ਦੀ ਗੱਲ ਲੋਕੀ ਆਖ ਰਹੇ ਨੇ ਤਾਂ ਫਿਰ ਦੱਸਣਾ ਚਾਹਾਂਗੇ। ਬਾਬਾ ਬਕਾਲਾ ਸਾਹਿਬ 'ਚ ਮੌਜੂਦ ਹਾਂ ਭਾਅ ਜੀ, ਸਤਿ ਸ਼੍ਰੀ ਅਕਾਲ। ਭਾਅ ਜੀ ਫਿਰ ਵੋਟ ਕਿਹਨੂੰ ਪਾਣੀ ਹੈ? ਅੰਮ੍ਰਿਤਪਾਲ ਨੂੰ। ਹਾਂਜੀ ਅੰਮ੍ਰਿਤਪਾਲ ਨੂੰ। ਕਾਰਨ? ਵਧੀਆ ਬੰਦਾ ਵਾ, ਵਧੀਆ ਬੰਦਾ। ਹਾਂਜੀ ਕੀ ਮੁਸ਼ਕਲਾਂ ਹੈ ਜਿਹੜੀਆਂ ਤੁਸੀਂ ਸਮਝਦੇ ਹੋ ਕਿ ਹੱਲ ਕੀਤੀਆਂ ਜਾਣਗੀਆਂ? ਇੱਕ ਨਸ਼ਾ ਬੰਦ ਕਰੂਗਾ, ਇੱਕ ਬੰਦਾ ਵਧੀਆ ਬੰਦਾ ਵਾ, ਲੜਾਈ ਝਗੜਾ ਨਹੀਂ ਹੁੰਦਾ ਫਿਰ ਉਹਦੇ ਨਾਲ। ਹਾਂਜੀ ਬਿਲਕੁਲ ਭਾਅ ਜੀ। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ। ਹਾਂਜੀ ਸ਼੍ਰੋਮਣੀ ਅਕਾਲੀ ਦਲ ਨੂੰ। ਅੱਛਾ ਕਾਰਨ? ਕਾਰਨ ਵੀ ਉਹਨੇ 19 ਜਦੋਂ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਵਿੱਚ, ਵਿਰਸਾ ਸਿੰਘ ਬਟੋਆ ਨੇ 10 ਸਾਲ ਜੇਲ੍ਹ ਕੱਟੀ ਆ, ਉਹਦੀ ਕੁਰਬਾਨੀ ਦਾ ਮੁੱਲ ਤਾਰਨਾ ਚਾਹੀਦਾ। ਇਮਾਨਦਾਰ ਅਤੇ ਵਧੀਆ ਹੈਗੀ ਆ, ਬਾਦਲ ਸਾਹਿਬ ਨੇ ਬਹੁਤ ਸਹੂਲਤਾਂ ਦਿੱਤੀਆਂ, ਜਿਹੜਾ ਟਰੈਕਟਰ ਉਹਨੂੰ ਗੱਡਾ ਬਣਾਇਆ, ਕਈ ਟੈਕਸ ਮਾਫ਼ ਕੀਤੇ, ਕਈ ਸੜਕਾਂ ਬਣਾਈਆਂ, ਕਈ ਕੁਛ ਕੀਤਾ। ਹੁਣ ਦੀ ਤੁਲਨਾ ਕਰ ਲਓ ਅਤੇ ਬਾਦਲ ਵੇਲੇ ਦੀ ਕਰ ਲਓ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਬਿਲਕੁਲ ਤੁਸੀਂ ਹਿਸਾਬ ਲਾਓ, ਉੱਥੇ ਵਲਟੋਹਾ ਜਿਹੜਾ ਕਿ ਵਿਰਸਾ ਸਿੰਘ ਵਲਟੋਹਾ ਇੱਕ ਵੱਡਾ ਨਾਮ ਹੈ ਜਿਹੜੇ ਇੱਥੋਂ ਚੋਣ ਲੜ ਰਹੇ ਨੇ, ਤਾਂ ਉਹਨਾਂ ਬਾਰੇ ਵੀ ਲੋਕ ਗੱਲ ਕਰ ਰਹੇ ਨੇ। ਕੁਛ ਹੋਰ ਨੌਜਵਾਨਾਂ ਨਾਲ ਗੱਲ ਕਰਾਂਗੇ। ਬਾਪੂ ਜੀ ਰਿਕਸ਼ਾ ਚਲਾ ਰਹੇ, ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਵੋਟ ਕਿਹਨੂੰ ਪਾਣੀ ਹੈ ਕੀ? ਵੋਟ ਰਕਸ਼ੇ ਨੂੰ ਜੀ। ਹੈਂ ਜੀ ਰਕਸ਼ੇ ਨੂੰ। ਰਕਸ਼ੇ ਵਾਲਾ ਖਲੋਤਾ ਨਹੀਂ ਹੈ ਕੀ? ਹਾਂ ਜਦੋਂ ਰੋਟੀ ਅਸੀਂ ਰਕਸ਼ੇ ਤੋਂ ਖਾਣੇ ਆ ਤਾਂ ਹੋਰ ਵੋਟ ਕਿਹਨੂੰ ਪਾ ਦੇਣੀ? ਨਹੀਂ ਵੋਟ ਵੈਸੇ ਪਾਣੀ ਹੈ। ਵੋਟ ਪਾਵਾਂਗੇ। ਕਿਹਨੂੰ ਪਾਣੀ ਹੈ? ਜਿਹਨੂੰ ਮਰਜ਼ੀ ਪਾ ਦੇਵਾਂਗੇ। ਤਾਂ ਬਿਲਕੁਲ ਤੁਸੀਂ ਵੇਖੋਗੇ ਵੋਟ ਪਾਣੀ ਫਿਰ ਜਿਹਨੂੰ ਮਰਜ਼ੀ ਪਾ ਦਾਂਗੇ। ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ। ਕੁਛ ਹੋਰ ਦੁਕਾਨਦਾਰ ਸਾਹਿਬ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਵੋਟ ਕਿਹਨੂੰ ਪਾਣੀ ਹੈ? ਵੋਟ ਜੀ ਸੰਗਤ ਸਾਹਿਬ ਜਵਾ ਹੋਈ। ਹਾਂਜੀ ਜੇ ਸਾਰੀ ਸੰਗਤ ਰਾਹ ਨੂੰ ਉਸ ਪਾਸੇ ਵੋਟ ਜਾਊਗੀ। ਉਹ ਤੁਸੀਂ ਦੱਸ ਦਿਓ ਨਾ ਕਿਹੜੀ ਸੰਗਤ ਜਿੱਧਰ ਜਾ, ਜਿੱਥੇ ਸਾਰੀ ਸੰਗਤ ਤੁਹਾਨੂੰ ਪਤਾ ਹੀ ਆ ਗਏ ਖਰੂਰ ਸਾਹਿਬ ਹਲਕੇ ਕਿਹੜਾ ਬੰਦਾ ਬੋਲਣ ਦੇ ਅਸਟ। ਅੱਛਾ ਅੱਛਾ ਸਾਰੇ ਜਾਣੀ ਜਾਣੀ ਅਸਟ। ਕੀ ਸਮਝਦੇ ਮੁਸ਼ਕਲ ਕੀ ਹੈ ਜਿਸ ਕਰਕੇ ਜਿਹੜਾ ਝੁਕਾਵ ਹੈ? ਮੁਸ਼ਕਲ ਤਾਂ ਕੋਈ ਨਹੀਂ ਹੈਗੀ, ਝੁਕਾਵ ਉੱਦਾਂ ਬਦਲ ਗਿਆ ਕਿ ਹਾਂ ਪਾਰਟੀ ਕਹਿੰਦੇ ਬਦਲਾਅ ਚਾਹੀਦਾ ਵਾ, ਤਾਂ ਇਹ ਕਹਿੰਦੇ ਬਦਲਾਅ ਚਾਹੀਦਾ ਵਾ, ਤਾਂ ਬਦਲਾਅ ਹੁਣ ਆ ਜਾਣਾ ਵਾ। ਤਾਂ ਬਿਲਕੁਲ ਬਦਲਾਅ ਜਿਹੜਾ ਹੈ ਉਹ ਇੱਕ ਅਲੱਗ ਤਰੀਕੇ ਦੀ, ਇੱਕ ਅਲੱਗ ਨਜ਼ਰ ਨਾਲ ਲੋਕ ਵੇਖਦੇ ਨਜ਼ਰ ਆ ਰਹੇ ਨੇ। ਕੁਛ ਹੋਰ ਸੰਗਤਾਂ ਨਾਲ ਗੱਲਬਾਤ ਕਰਾਂਗੇ। ਖਡੂਰ ਸਾਹਿਬ ਦੀ ਧਰਤੀ ਹੈ, ਤੁਹਾਨੂੰ ਦੱਸਣਾ ਚਾਹਾਂਗੇ। ਬਾਬਾ ਬਕਾਲਾ ਸਾਹਿਬ 'ਚ ਮੌਜੂਦ ਆ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਵੋਟ ਕਿਹਨੂੰ ਪਾਣੀ ਫਿਰ? ਅਸੀਂ ਕਿਸੇ ਨੂੰ ਨਹੀਂ ਪਾਣੀ। ਬਿਲਕੁਲ ਕਿਸੇ ਨੂੰ ਨਹੀਂ ਪਾਣੀ ਭਾਅ ਜੀ, ਸਤਿ ਸ਼੍ਰੀ ਅਕਾਲ। ਅਸੀਂ ਵੋਟ ਕਿਹਨੂੰ ਪਾਣੀ ਫਿਰ? ਅੰਮ੍ਰਿਤਪਾਲ। ਅੰਮ੍ਰਿਤਪਾਲ ਨੂੰ। ਕਾਰਨ? ਕਾਰਨ ਅੰਮ੍ਰਿਤਪਾਲ ਨੂੰ ਪਾਉਣੀ ਹੈ, ਨਸ਼ੇ ਨੁਸ਼ਾ ਕੋਈ ਬੰਦ ਨਹੀਂ ਹੈ ਨਾ, ਬੇਅਦਬੀ ਦਾ ਮਸਲਾ ਹੱਲ ਹੋਇਆ ਵਾ ਨਾ, 328 ਰੁਪਏ ਦਾ ਮਸਲਾ ਹੋਇਆ ਵਾ, ਮਤਲਬ ਕਿ ਪੰਥਕ ਹਲਕਾ ਵਾ। ਵੋਟ ਜਿਹੜੀ ਆ ਅੰਮ੍ਰਿਤਪਾਲ ਨੂੰ ਪੈਣੀ ਹੈ, ਹੋਰ ਪਾਰਟੀ ਕਿਸੇ ਨੂੰ ਨਹੀਂ ਪੈਣੀ। ਕਿਸੇ ਨੂੰ ਨਹੀਂ ਪੈਣੀ? ਨਾ ਨਾ ਅੰਮ੍ਰਿਤਪਾਲ ਨੂੰ ਵੋਟ ਪਾਊਗਾ, ਐਰ ਗਿਆ ਅੰਮ੍ਰਿਤਪਾਲ ਨੂੰ ਵੋਟ ਪਾਊਗੀ ਪੂਰੀ ਪੂਰੀ ਪੂਰੀ। ਬੋਰੇ ਕਾਲੀਆਂ ਨੇ ਕੰਮ ਸ਼ੁਰੂ ਕੀਤਾ ਸੀ ਨਸ਼ੇ ਦਾ ਪੂਰੇ ਜ਼ੋਰ 'ਤੇ ਕਾਲੀਆਂ ਨੇ, ਬਾਅਦ 'ਚ ਕੈਪਟਨ ਨੇ ਸਹੁੰ ਖਾਧੀ ਵੀ ਮੈਂ ਨਸ਼ੇ ਦਾ ਇਨਸਾਫ ਕਰੂੰਗਾ ਬੇਦਬੀ ਦਾ, ਉਹਨੇ ਵੀ ਨਹੀਂ ਕੀਤਾ। ਫਿਰ ਝਾੜੂਆਂ ਨੇ ਵਿਸ਼ਵਾਸ ਕੀਤਾ, ਉਹਨਾਂ ਦਾ ਵੀ ਹਾਲ ਉਹਨਾਂ ਜ਼ਿਆਦਾ ਗੰਦ ਵੱਧ ਗਿਆ, ਅਤੇ ਫਿਰ ਹੁਣ ਇਸੇ ਕਰਕੇ ਅੰਮ੍ਰਿਤਪਾਲ ਜਿੰਦਾਬਾਦ। ਤਾਂ ਬਿਲਕੁਲ ਅੰਮ੍ਰਿਤਪਾਲ ਜਿੰਦਾਬਾਦ ਇਸ ਵੇਲੇ ਦੇ ਨਾਅਰੇ ਜਿਹੜੇ ਇੱਥੇ ਲੱਗਦੇ ਨਜ਼ਰ ਆ ਰਹੇ ਨੇ। ਤਾਂ ਤੁਸੀਂ ਵੇਖੋ ਕਿ NSA ਦੇ ਤਹਿਤ ਸ਼ਖਸ ਜਿਹੜੇ ਨੇ ਉਹ ਇਸ ਵੇਲੇ ਜੇਲ੍ਹ 'ਚ ਨੇ, ਪਰ ਫਿਰ ਵੀ ਕਿਸ ਤਰੀਕੇ ਦਾ ਲੋਕ ਸਿੱਧੇ ਮੂੰਹ 'ਤੇ ਕਹਿ ਰਹੇ ਨੇ ਕਿ ਅਸੀਂ ਵੋਟਿੰਗ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਨਹੀਂ ਵੋਟ ਕਿਹਨੂੰ ਪਾਣੀ ਹੈ? ਹਾਂਜੀ ਵੋਟ ਕਿਹਨੂੰ ਪਾਣੀ ਹੈ ਜੀ? ਨਹੀਂ ਆਖੋ ਨਹੀਂ ਫਿਰ ਵੀ ਜਦੋਂ ਕੋਈ ਸਲਾਹ ਨਹੀਂ ਗੀ, ਜਿੱਧਰ ਪੁੱਤ ਆਖਣਗੇ ਉੱਧਰ ਪਾ ਦਾਂਗੇ। ਅੱਛਾ ਪੁੱਤ ਨੇ ਪੁੱਤ ਨੂੰ ਕੀ ਪਸੰਦ ਆ? ਹੈਂ ਪੁੱਤ ਨੂੰ ਕੀ ਪਸੰਦ ਆ? ਪੁੱਤ ਨੂੰ ਇੱਕ ਹੀ ਅਜੇ ਸਲਾਹ ਕਰਦੇ ਹੀ ਆ ਵੀ ਕਿੱਧਰ ਨੂੰ ਪਾਈਏ, ਜਿਹੜਾ ਜਿੱਤ ਜਾਵੇ ਉਹ ਉਹਨਾਂ ਦਾ ਬਣਦਾ ਹੀ ਆ। ਹਾਂ ਜੀ ਕਿੱਧਰ ਫਿਰ ਵੋਟ ਹੈ? ਅਸੀਂ ਵੀ ਵਿਹਨੇ ਆ। ਨਹੀਂ ਪਰ ਫਿਰ ਵੀ ਕਿਹੜਾ ਪਸੰਦ ਗਏ ਇਹਨੇ ਲੀਡਰ ਨੇ? ਕਿਹੜਾ ਨੂੰ ਪੁੱਛ ਲਾਂਗੇ ਮਾਸਟਰ ਨੂੰ। ਵਾਹ ਅਸੀਂ ਵੱਡਿਆਂ ਤੋਂ ਆਏ ਨਹੀਂ, ਸਾਡੀ ਤਾਂ ਵੈਸੇ ਵੀ ਨਹੀਂ ਵੋਟ ਹੈਗੀ ਪੰਜਾਬ ਦੀ। ਪੰਜਾਬ ਦੀ ਤਾਂ ਬਿਲਕੁਲ ਬਾਹਰੋਂ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹਨੂੰ ਵੋਟ ਪਾਉਣੀ ਜੀ ਐਤਕੀ?
ਵੋਟ ਵੇਖੋ ਜੀ ਕਿਨੂੰ ਪਾਉਣੀ ਹੈ, ਤੁਸੀਂ ਵੋਟ ਨਹੀਂ ਸਾਨੂੰ ਪੁੱਛ ਸਕਦੇ। ਅੱਛਾ, ਕਿਉਂਕਿ ਵੋਟ ਸਾਡਾ ਅਧਿਕਾਰ, ਅਸੀਂ ਇਹ ਕਹਿੰਦੇ ਪਸੰਦ ਕਿਹੜਾ ਤੇ ਸਾਡਾ ਅਧਿਕਾਰ। ਅੱਛਾ, ਵੈਸੇ ਪਸੰਦ ਕਿਹੜਾ? ਪਸੰਦ ਜਿਹੜਾ ਕੰਮ ਚੰਗੇ ਕਰੂ ਉਹਨੂੰ ਪਾਵਾਂਗੇ। ਅੱਛਾ, ਫਿਲਹਾਲ ਕੋਈ ਕੌਣ ਚੰਗੇ ਕੰਮ ਕਰ ਰਿਹਾ ਹੁਣ? ਸਰਕਾਰਾਂ ਨੇ ਉਦੋਂ ਨਹੀਂ ਕੰਮ ਚੰਗੇ ਕਰਨ ਡਹਿ ਪੈਣਾ, ਇਹ ਜਿਤਾ ਦਿੰਦੇ ਆ, ਪੁੱਛਦੇ ਹੈ ਹੀ ਨਹੀਂ ਮੁੜ ਕੇ ਉਹਨਾਂ ਨੂੰ, ਉਹ ਮਨਮਾਨੀਆਂ ਕਰਦੇ ਆ ਤੇ ਪੁੱਛਣ ਵਾਲਾ ਕੋਈ ਨਹੀਂ, ਹਾਸੇ ਆਉਂਦੇ ਸਿਰ ਤੇ ਨਹੀਂ, ਕੁੰਡਾ ਦੇ ਹਾਥੀ ਫਿਰੇ ਲੁੰਡਾ ਉਹਨੇ ਫਿਰਨਾ ਹੀ ਫਿਰਨਾ। ਲੋਕ ਸੂਝਵਾਨ ਹੋ ਗਏ ਉਦੋਂ ਸਭ ਸਰਕਾਰਾਂ ਠੀਕ ਸਭ ਕੰਮ ਹੋਣਗੇ, ਲੋਕਾਂ ਦਾ ਸੂਝਵਾਨ ਹੋਣਾ ਜ਼ਰੂਰੀ। ਹਾਂ, ਕਸੂਰ ਲੋਕਾਂ ਦਾ, ਅਨਪੜ੍ਹ ਵਿਚਾਰੇ ਗਿਆਨ ਨਹੀਂ ਹੈਗਾ, ਐਵੇਂ ਨੱਚਣ ਡਹਿ ਪੈਂਦੇ ਕਦੀ ਉਹਦੇ ਮਗਰ ਕਦੀ ਉਹਦੇ ਮਗਰ, ਹੋਰ ਕੀ ਹੈ। ਤੁਸੀਂ ਸਮਝੋ ਕਿ ਸੂਝਵਾਨ ਹੋਣਾ ਜ਼ਰੂਰੀ ਹੈ। ਹਾਂਜੀ, ਪਰ ਉਹ ਕਹਿੰਦੇ ਸੂਝਵਾਨ ਤਦ ਹੀ ਹੋਣਗੇ ਕਿ ਸਰਕਾਰਾਂ ਹਰ ਸਰਕਾਰ ਕੰਮ ਕਰੂਗੀ। ਹੁਣ ਐਵੇਂ ਬਦਲੀ ਜਾਣ ਡੇ ਆ, ਉਹਨੂੰ ਬਦਲਤਾ, ਹੁਣ ਉਹਨੂੰ ਬਦਲਤਾ, ਉਹਨੂੰ ਬਦਲਤਾ, ਗੱਲ ਇਹ ਹੈ ਨਾ, ਇਹ ਤਾਂ ਹੁਣ ਬਦਲਿਆਂ ਤਾਂ ਨਹੀਂ ਗਾ ਕੰਮ ਸੂਤ ਹੋਣਾ। ਜਿੱਦਣ ਅਸੀਂ ਇਹਨਾਂ ਦੇ ਉੱਤੇ ਸਾਡਾ ਕੁੰਡਾ ਹੋ ਗਿਆ ਸਰਕਾਰਾਂ ਦੇ ਉੱਤੇ, ਸਾਰੇ ਲੋਕਾਂ ਦਾ ਏਕਾ ਹੋ ਗਿਆ, ਅਸੀਂ ਉਹਨਾਂ ਕੋਲ ਕੰਮ ਕਰਵਾਉਣੇ ਆ ਵੀ ਤੁਸੀਂ ਸਾਡੇ ਕੰਮ ਕਰਨ ਆਏ ਜੀ। ਕਹਿੰਦੇ ਕੰਮ ਕਰਦੇ ਹੀ ਨਹੀਂ ਫਿਰ, ਫਿਰ ਤਾਂ ਨਹੀਂ ਨਾ ਕਰਦੇ ਜਦੋਂ ਅਸੀਂ ਨਹੀਂ ਪੁੱਛਦੇ, ਇਹ ਵੋਟਾਂ ਭਰਨੀ ਕਰ ਲਈ ਜਿੰਨੇ, ਸਾਨੂੰ ਸਮਝ ਨਹੀਂ ਆਉਂਦੀ ਵੋਟ ਅਸੀਂ ਪਾਉਣੀ ਆ ਆਜ਼ਾਦ ਉਮੀਦਵਾਰ ਨੂੰ ਅੰਮ੍ਰਿਤਪਾਲ। ਬਿਲਕੁਲ, ਤੁਸੀਂ ਹੈ ਅਕਾਲੀਆਂ ਅਕਾਲੀ ਰਹਿਣਾ ਵਾ, ਪਰ ਵੋਟ ਅੰਮ੍ਰਿਤਪਾਲ ਨੂੰ ਪਾਉਣੀ ਆ। ਕਿਸ ਤਰੀਕੇ ਨਾਲ ਲੋਕ ਆਪ ਮੁਹਾਰੇ ਜਿਹੜੇ ਨਿਕਲ ਕੇ ਬਾਹਰ ਆ ਰਹੇ ਨੇ, ਤਾਂ ਖਾਸ ਤੌਰ ਦੇ ਉੱਤੇ ਲੋਕ ਸਿੱਧੇ ਮੂੰਹ ਤੇ ਕਹਿ ਰਹੇ ਨੇ ਕਿ ਅਸੀਂ ਵੋਟ ਅੰਮ੍ਰਿਤਪਾਲ ਨੂੰ ਪਾਣੀ ਹੈ। ਤਾਂ ਭਾਜੀ ਕੀ ਹਾਲ ਜੀ? ਭਾਜੀ ਕਿਹਨੂੰ ਵੋਟ ਪਾਣੀ ਹੈ ਜੀ? ਹਮਾਰੇ ਵੋਟ ਹੈ ਨਹੀਂ ਆ ਗਈ, ਯੂਪੀ ਸੇ ਹਮ, ਯੂਪੀ ਸੇ ਹੈ। ਭਾਜੀ ਸਤਿ ਸ਼੍ਰੀ ਅਕਾਲ ਜੀ, ਭਾਜੀ ਸਤਿ ਸ਼੍ਰੀ ਅਕਾਲ। ਭਾਜੀ ਵੋਟ ਕਿਹਨੂੰ ਪਾਣੀ ਹੈ? ਉਹ ਵੋਟ ਤਾਂ ਨੋਟਾਂ ਨੂੰ ਪਾਵਾਂਗੇ। ਹਾਂਜੀ, ਨੋਟਾਂ ਨੂੰ ਹੀ। ਕਾਰਨ? ਹਾਂਜੀ, ਕਾਰਨ ਆਸਾਂ ਤੇ ਕੋਈ ਉਤਰਦਾ ਨਹੀਂਗਾ ਖਰਾ। ਅੱਛਾ, ਹਾਂ, ਸਭ ਤੋਂ ਨਰਵਸ ਹੋਏ ਆ। ਹਰ ਕੀ ਨੋਟਾਂ ਨੂੰ ਪਾਵਾਂਗੇ, ਨੋਟਾਂ ਨੂੰ। ਹਾਂ, ਪਾਰਟੀਆਂ ਪਸੰਦ ਨਹੀਂ ਐ ਕਿ? ਕੋਈ ਪਾਰਟੀ ਕੋਈ ਰਹੀ ਨਹੀਂ ਕਿਸੇ ਦਾ, ਕੋਈ ਦੀਨਮਾਨ ਨਹੀਂ ਰਿਹਾ। ਅੱਜ ਵੋਟਾਂ ਪਾ ਕੇ ਜਿਤਾ ਕੇ ਕੱਲੀ ਦਾ ਅਗਲਾ ਦੂਜੇ ਦਿਨ ਦੂਜੀ ਪਾਰਟੀ ਚਲ ਜਾਂਦਾ, ਜਾਂਦੇ ਆ ਨਾ। ਬਿਲਕੁਲ, ਫਿਰ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਮੌਜੂਦ ਹਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਜਿੱਥੇ ਕੀ ਬਾਬੂ ਜੀ ਸਤਿ ਸ਼੍ਰੀ ਅਕਾਲ। ਭਾਜੀ ਫਿਰ ਕਿਹਨੂੰ ਵੋਟ ਪਾਉਣੀ ਹੈ? ਦੇਖਾਂਗੇ। ਪਸੰਦ ਕਿਹੜਾ ਜੀ? ਪਸੰਦ ਨਹੀਂ ਕੋਈ। ਤਾਂ ਬਿਲਕੁਲ ਪਸੰਦ ਕੋਈ ਨਹੀਂ ਹੈ, ਤਾਂ ਆਪਣੀ ਆਪਣੀ ਗੱਲ ਕਰ ਰਹੇ ਨੇ ਲੋਕ। ਸਤਿ ਸ਼੍ਰੀ ਅਕਾਲ ਜੀ, ਵੋਟ ਕਿਹਨੂੰ ਪਾਉਣੀ ਹੈ? ਵੋਟ ਚਲੋ ਪਾਵਾਂਗੇ। ਭੈਣ ਜੀ ਵੋਟ ਕਿਹਨੂੰ ਪਾਉਣੀ ਹੈ ਕੀ ਫਿਰ? ਹਾਂਜੀ, ਵੋਟ ਕਿਹਨੂੰ ਪਾਉਣੀ ਹੈ? ਕੋਈ ਗੱਲ ਨਹੀਂ, ਪਾਵਾਂਗੇ ਵੋਟਾਂ ਪਾਉਣੀਆਂ ਕਿਉਂ ਨਹੀਂ ਆ। ਪਸੰਦ ਕਿਹੜਾ ਜੀ? ਹੈ ਪਸੰਦ, ਸਾਰੇ ਪਸੰਦ ਵਾ, ਕੋਈ ਗੱਲ ਨਹੀਂ, ਪਾਵਾਂਗੇ ਅਸੀਂ ਵੋਟਾਂ ਲੋਕਾਂ ਦੇ। ਖਡੂਰ ਸਾਹਿਬ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿੱਚ, ਵੈਸੇ ਡਿਸਟ੍ਰਿਕਟ ਅੰਮ੍ਰਿਤਸਰ ਵੱਜਦੀ ਹੈ, ਲੇਕਿਨ ਦੋ ਅੰਮ੍ਰਿਤਸਰ ਦੇ ਜਿਹੜੇ ਹਲਕੇ ਨੇ ਬਾਬਾ ਬਕਾਲਾ ਸਾਹਿਬ ਅਤੇ ਜੰਡਿਆਲਾ, ਇਹ ਦੋਨੋਂ ਹਲਕੇ ਜਿਹੜੇ ਨੇ ਉਹ ਖਡੂਰ ਸਾਹਿਬ 'ਚ ਪੈਂਦੇ ਨੇ, ਅਤੇ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਦਿਲ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹਲਕੇ ਨੇ ਉਹਦਾ ਬਾਰੇ ਵਿਸਤ੍ਰਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਖਡੂਰ ਸਾਹਿਬ।